Hi everyone, welcome back to my YouTube channel. ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਮੈਂ ਹੈਲਦੀ ਹੇਅਰ ਹੈਬਿਟਸ ਬਾਰੇ ਗੱਲ ਕਰੂੰਗੀ। ਫਰੈਂਡਸ, ਜਿਵੇਂ ਕਿ ਹੁਣ ਗਰਮੀਆਂ ਦਾ ਮੌਸਮ ਆ, ਫਰੈਂਡਸ ਗਰਮੀਆਂ ਦੇ ਮੌਸਮ ਦੇ ਵਿੱਚ ਸਰਦੀਆਂ ਦੇ ਮੌਸਮ ਦੇ ਨਾਲੋਂ ਜਿਹੜੇ ਸਾਡੇ ਵਾਲ ਨੇ ਉਹ ਜ਼ਿਆਦਾ ਕੇਅਰ ਮੰਗਦੇ ਨੇ। ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਹਿਲਾਂ ਤਾਂ ਜਲਦੀ ਜਾ ਕੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਫਰੈਂਡਸ, ਮੈਂ ਵੀਕ ਦੇ ਵਿੱਚ 2 ਵਾਰ ਹੇਅਰ ਵਾਸ਼ ਕਰਦੀ ਹਾਂ ਅਤੇ ਫਰੈਂਡਸ ਹੇਅਰ ਵਾਸ਼ ਕਰਨ ਤੋਂ 4-5 ਘੰਟੇ ਪਹਿਲਾਂ ਮੈਂ ਓਇਲ ਦੇ ਨਾਲ ਮਸਾਜ ਕਰਦੀ ਹਾਂ। ਅਤੇ ਫਰੈਂਡਸ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਓਇਲ ਯੂਜ਼ ਕਿਹੜਾ ਕਰਦੀ ਹਾਂ। ਫਰੈਂਡਸ, ਮੈਂ ਕੋਕੋਨਟ ਓਇਲ ਯੂਜ਼ ਕਰਦੀ ਹਾਂ, ਇਹ ਵਾਲਾ, ਠੀਕ ਹੈ। ਅਤੇ ਅੱਜ ਵੀ ਮੈਂ ਹੇਅਰ ਵਾਸ਼ ਕਰਨਾ ਆ ਅਤੇ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕੋਕੋਨਟ ਓਇਲ ਦੇ ਵਿੱਚ ਕੀ ਐਡ ਕਰੂੰਗੀ ਅਤੇ ਫਿਰ ਓਇਲ ਲਗਾਉਂਗੀ, ਮਸਾਜ ਕਰੂੰਗੀ, ਠੀਕ ਹੈ। ਫਰੈਂਡਸ, ਆਹ ਆਪਣੇ ਕੋਲ ਕੋਕੋਨਟ ਓਇਲ ਆ ਅਤੇ ਫਰੈਂਡਸ ਇਹਦੇ 'ਚ ਮੈਂ 1/2 lemon ਐਡ ਕਰੂੰਗੀ। ਫਰੈਂਡਸ, ਲੈਮਨ ਦੇ ਨਾਲ ਜਿਹੜੀ ਸਾਡੀ ਸਕੈਲਪ ਦਾ ਬੈਕਟੀਰੀਆ ਉਹ ਖਤਮ ਹੋ ਜਾਊਗਾ, ਇਸ ਕਰਕੇ ਮੈਂ ਲੈਮਨ ਐਡ ਕਰ ਰਹੀ ਹਾਂ। ਅਤੇ ਤੁਸੀਂ ਆਪਣੀ ਹੇਅਰ ਲੈਂਥ ਦੇ ਅਕੋਰਡਿੰਗ ਓਇਲ ਲੈਣਾ ਅਤੇ ਲੈਮਨ ਲੈਣਾ। ਬਸ ਫਰੈਂਡਸ, ਆਪਾਂ ਓਇਲ ਨੂੰ ਮਿਕਸ ਕਰਕੇ ਅਤੇ ਕੋਟਨ ਦੇ ਨਾਲ ਸੌਫਟਲੀ ਆਪਾਂ ਆਪਣੀ ਸਕੈਲਪ 'ਤੇ ਓਇਲ ਅਪਲਾਈ ਕਰਾਂਗੇ। ਓਕੇ, ਤੁਸੀਂ ਪੂਰੀ ਸਕੈਲਪ ਨੂੰ ਕਵਰ ਕਰ ਲੈਣਾ, ਠੀਕ ਹੈ, ਓਇਲ ਦੇ ਨਾਲ। ਫਰੈਂਡਸ, ਮੈਂ ਓਇਲ ਚੰਗੀ ਤਰ੍ਹਾਂ ਲਗਾ ਲਿਆ ਅਤੇ ਫਰੈਂਡਸ ਹੁਣ ਮੈਂ ਕਰੂੰਗੀ ਮਸਾਜ। ਮਸਾਜ ਸਾਡੇ ਵਾਲਾਂ ਲਈ ਬਹੁਤ ਬੈਨੀਫਿਸ਼ੀਅਲ ਆ, ਇਹਨਾਂ ਨੂੰ ਹੈਲਦੀ ਰੱਖਣ ਲਈ ਅਤੇ ਇਹਨਾਂ ਨੂੰ ਗਰੋ ਕਰਨ ਦੇ ਲਈ, ਕਿਉਂਕਿ ਇਹਦੇ ਨਾਲ ਸਾਡੀ ਸਕੈਲਪ ਦਾ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦਾ ਅਤੇ ਸਾਡੀ ਜਿਹੜੀ ਹੇਅਰ ਲੈਂਥ ਆ ਉਹ ਵੀ ਇਨਕਰੀਜ਼ ਹੁੰਦੀ ਆ। ਹਾਂਜੀ ਫਰੈਂਡਸ, ਮੇਰੇ ਵਾਲਾਂ 'ਤੇ ਓਇਲ ਲੱਗੇ ਨੂੰ 4-5 ਘੰਟੇ ਹੋ ਚੁੱਕੇ ਨੇ ਅਤੇ ਫਰੈਂਡਸ ਜਿਹੜਾ ਮੈਂ ਨੈਕਸਟ ਸਟੈਪ ਕਰੂੰਗੀ ਹੁਣ ਉਹ ਹੈਗਾ ਵਾ ਸਟੀਮਿੰਗ ਦਾ। ਹੁਣ ਮੈਂ ਆਪਣੇ ਵਾਲਾਂ ਨੂੰ ਸਟੀਮ ਦਊਂਗੀ। ਫਰੈਂਡਸ, ਸਟੀਮ ਸਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਆ।
ਸਟੀਮ ਦੇ ਨਾਲ ਜਦੋਂ ਆਪਾਂ ਗਰਮ ਟਾਵਲ ਆਪਣੇ ਵਾਲਾਂ ਤੇ ਲਪੇਟਦੇ ਆ ਤਾਂ ਜਿਹੜੇ ਆਪਣੇ ਸਕਿਨ ਦੇ ਪੋਰਸ ਨੇ, ਸਕੈਲਪ ਦੇ ਪੋਰਸ ਨੇ, ਉਹ ਖੁੱਲ ਜਾਂਦੇ ਨੇ, ਓਪਨ ਹੋ ਜਾਂਦੇ ਨੇ, ਜਿਹਦੇ ਨਾਲ ਜਿਹੜਾ ਸਾਡਾ ਆਇਲ ਆ ਉਹ ਸਾਡੀ ਸਕਿਨ ਦੇ ਸਕੈਲਪ ਦੇ ਅੰਦਰ ਤੱਕ ਜਾਂਦਾ ਤੇ ਸਾਨੂੰ ਬਹੁਤ ਫਾਇਦਾ ਮਿਲਦਾ। ਤੇ ਫਰੈਂਡਸ, ਮੈਂ ਪਾਣੀ ਗਰਮ ਕਰਿਆ ਹੋਇਆ ਵਾ ਤੇ ਹੁਣ ਮੈਂ ਇਸ ਟਾਵਲ ਨੂੰ ਗਰਮ ਪਾਣੀ ਦੇ ਵਿੱਚ ਪਾਉਂਗੀ ਤੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਗਰਮ ਕਰਨਾ ਆ, ਠੀਕ ਹੈ। ਫਰੈਂਡਸ, ਮੈਂ ਗਰਮ ਟਾਵਲ ਆਪਣੇ ਵਾਲਾਂ ਤੇ ਲਪੇਟ ਲਿਆ ਤੇ ਇਹ 2-4 ਮਿੰਟ ਬਾਅਦ ਠੰਡਾ ਹੋ ਜਾਊਗਾ ਤੇ ਇਹ ਪ੍ਰੋਸੈਸ ਆਪਾਂ 10-15 ਮਿੰਟ ਲਈ ਕਰੀ ਜਾਣਾ ਵਾ। ਜਦੋਂ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਗਰਮ ਪਾਣੀ 'ਚ ਨਚੋੜ ਕੇ ਫਿਰ ਆਪਾਂ ਆਪਣੇ ਵਾਲਾਂ ਤੇ ਕਵਰ ਕਰ ਲੈਣਾ, ਠੀਕ ਹੈ। ਇਹ ਪ੍ਰੋਸੈਸ ਤੁਸੀਂ 10-15 ਮਿੰਟ ਆਪਾਂ ਕਰੀ ਜਾਣਾ ਤਾਂ ਹੀ ਆਪਾਂ ਇਹਨੂੰ ਇਹਦੇ ਵਧੀਆ ਰਿਜ਼ਲਟਸ ਮਿਲਣਗੇ। ਹਾਂਜੀ ਫਰੈਂਡਸ, ਸਟੀਮ ਤੋਂ ਬਾਅਦ ਤੁਸੀਂ ਕਿਸੇ ਵੀ ਮਾਈਲਡ ਸ਼ੈਂਪੂ ਦੇ ਨਾਲ ਆਪਣੇ ਹੇਅਰ ਵਾਸ਼ ਕਰ ਲੈਣਾ। ਤੇ ਫਰੈਂਡਸ, ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਆਪਣੇ ਵਾਲਾਂ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ, ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਤੇ ਕੀਤਾ ਗਿਆ ਚੈਨਲ ਨੂੰ ਸਬਸਕ੍ਰਾਈਬ ਮੈਨੂੰ ਬਹੁਤ ਮੋਟੀਵੇਟ ਕਰਦਾ। ਤੇ ਅੱਜ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ 'ਚ।